दादा जी कुलविंदर सिंह दे इह साडे नाल ने, पोता चला गया जी, व्याह रखिया सी, पोता व्याह रखिया। मैनू कहिंदा पापा तैनू किसी गल दी लोड नहीं, मैं सारे काम साइयां सवाइयां मैं देतियां। आह नहीं तां पता मैनू साइयां दा जिहड़ियां हुण मैनू आ गई। ਅਖੀਰ ਵਾਰੀ ਕੀ ਗੱਲ ਕਰਕੇ ਗਿਆ ਸੀ ਕੁਲਵਿੰਦਰ ਤੁਹਾਡੇ ਨੂੰ? ਕੁਛ ਨਹੀਂ ਗੱਲ ਕੀਤੀ, ਕਹਿੰਦਾ ਜਾਂਦਾ ਵਾ, ਕਹਿੰਦਾ ਪਾਪਾ ਜੀ, ਕਹਿੰਦਾ ਇੱਕ ਗੱਲ ਕਰੀ, ਕਹਿੰਦਾ ਖੁਸ਼ੀ ਨਾਲ ਬੈਠਾ ਰਹੀ, ਮੈਂ ਤੈਨੂੰ ਕਹਿੰਦਾ ਫੁੱਲ ਚੱਕ ਦੇਣਾ, ਕਹਿੰਦਾ ਜਿੱਦਣ ਕਹਿੰਦਾ ਫਿਰ ਟਾਈਮ ਆਉਣਾ ਆ। ਸੋ ਆਹ ਮੈਨੂੰ ਫੁੱਲ ਚੱਕ ਹੋ ਗਿਆ, ਇਹ ਟਾਈਮ ਦਾ। ਕੋਈ ਗੱਲ ਦਿਲ ਚ ਇਹੋ ਜਿਹੀ ਜਿਹੜੀ ਕੁਲਵਿੰਦਰ ਨੂੰ ਕਹਿਣੀ ਰਹਿ ਗਈ ਹੋਵੇ ਜਾਣ ਤੋਂ ਪਹਿਲਾਂ? 10 ਤਰੀਕ ਨੂੰ ਛੁੱਟੀ ਵਾਪਸ ਗਿਆ ਸੀ ਉਹ। ਮੈਂ ਤਾਂ ਇੱਕੋ ਹੀ ਗੱਲ ਕਹੀ ਸੀ, ਮੈਂ ਕਿਹਾ ਪੁੱਤ ਜਦ ਤੂੰ ਪੁੱਜ ਜਾਊਂਗਾ ਮੈਨੂੰ ਫੋਨ ਕਰ ਲਈ। ਕਿਸ ਕੋ ਫੋਨ ਕੀਤਾ ਹੈਗਾ? ਮੈਂ ਜੀ ਘਰ ਨੱਤਾ, ਕਿਹੜੀ ਗਿਆ ਵਾ ਤਾਂ ਮੇਰੇ ਪਿੱਛੇ ਤੇ ਆਇਆ, ਐਸੀ ਬਾਤ ਹੋਈ ਆ। ਫੋਨ ਕੋਈ ਨਹੀਂ ਆਇਆ ਮੁੜ ਕੇ। ਜਦੋਂ ਇਹਨਾਂ ਦੇ ਬੰਦੇ ਨੇ ਇੱਥੇ ਫੋਨ ਕੀਤਾ ਆਪਣਾ 4 ਵਜੇ, 4:15 ਦਾ ਟਾਈਮ ਹੋਣਾ, ਕਹਿੰਦੇ ਕੁਲਵਿੰਦਰ ਸਿੰਘ ਅਸੀਂ ਕਿੱਥੇ ਆ, ਘਰ ਆ? ਮੈਂ ਕਿਹਾ ਨਹੀਂ, ਘਰ ਨਹੀਂ ਆ, ਜੰਮੂ ਆ। ਕਦੋਂ ਗਏ? ਮੈਂ ਕਿਹਾ 10 ਤਰੀਕ ਦਾ ਚੱਲ ਗਿਆ ਵਾ ਸ਼ਾਮ ਦਾ, 11 ਨੂੰ ਸਵੇਰੇ 2:30 ਵਜੇ ਪਹੁੰਚ ਗਿਆ। ਹੈਂ? ਮੁੜ ਕੇ ਕਹਿੰਦੇ ਅੱਛਾ ਜੀ। ਮੁੜ ਕੇ ਮੈਂ ਕਿਹਾ ਚੱਲ ਉਹਦੇ, ਕਹਿੰਦਾ 92 ਦਾ ਬੰਦਾ ਬੋਲ ਰਿਹਾ ਮੈਂ ਕਮਾਂਡੋ, ਅਤੇ ਮੈਂ ਕਿਹਾ ਚੱਲ ਇਹਨਾਂ ਨਹੀਂ ਵੀ ਫੋਨ ਲੱਗਦਾ ਹੁੰਦਾ ਮੈਂ ਕੁਲਵਿੰਦਰ ਨੂੰ ਫੋਨ ਕਰਦਾ, ਜਾਂ ਫੋਨ ਲਗਾਵਾਂ ਤਾਂ ਨਟਪੁਰ ਖੇਤਰ ਤੋਂ ਬਾਹਰ ਆ ਜੀ। ਸੋਚੋ ਕਿਆ ਕਰਨਾ, ਮਲਾਦਾ ਕਦੇ ਕਿਸੇ ਪਾਸੇ ਚੱਲ ਗਿਆ, ਕਦੇ ਕਿਸੇ ਪਾਸੇ, ਉਥੋਂ ਹੱਡਾ ਨਹੀਂ। ਫਿਰ ਪਾਪਾ ਜੀ ਦੇ ਫੋਨ 'ਤੇ ਫੋਨ ਆਇਆ, ਉਹ ਕੁੜੀ ਲੈ ਕੇ ਗਈ, ਕਹਿੰਦੀ ਪਾਪੇ ਤੇਰਾ ਫੋਨ ਆ। ਮੈਂ ਕਿਹਾ ਚੱਲ, ਮੈਂ ਉਹ 'ਤੇ ਗੱਲ ਕੀਤੀ, ਉਹ ਗੱਲ ਨਹੀਂ ਹੋਈ, ਫਿਰ ਮੈਂ ਦੂਜੇ ਫੋਨ 'ਤੇ ਗੱਲ ਕੀਤੀ। ਹੈਂ? ਮੈਂ ਕਿਹਾ ਜੀ ਉਹ ਤਾਂ ਇੱਦਾਂ ਕਰਕੇ ਚੱਲ ਗਿਆ। ਕਹਿੰਦੇ ਚੱਲ ਗਿਆ ਵਾ, ਰਾਤੀ ਕਾਨਵਾਈ ਚੱਲੀ ਆ, ਉਹ ਬੱਸ 'ਤੇ ਬਲਾਸਟ ਹੋ ਗਿਆ। ਹੈਂ? ਇਹ ਨਹੀਂ ਦੱਸਿਆ ਵੀ ਕੈ ਵਜੇ ਹੋਇਆ, ਕੈ ਵਜੇ ਨਹੀਂ। ਮੈਂ ਕਿਹਾ ਜੀ ਕੁਲਵਿੰਦਰ ਸਿੰਘ ਕਿੱਦਾਂ ਉਹਨਾਂ ਨੇ ਜਦੇ ਫੋਨ ਕੱਟ ਦਿੱਤਾ? ਦੁਬਾਰਾ ਫੇਰ ਕਰਦੇ ਰਹੇ, ਅਸੀਂ ਜਾ ਰਹੇ ਹਾਂ ਜੀ ਉੱਥੇ, ਉਹ ਇੱਦਾਂ ਕਰ ਰਹੇ, ਇੱਦਾਂ ਕਰ ਰਹੇ, ਸਾਨੂੰ ਕੋਈ ਜ਼ਿਆਦਾ ਪਤਾ ਨਹੀਂ। 11 ਵਜੇ ਇੱਧਰ ਵੀ ਫੋਨ ਆ ਗਿਆ, ਉੱਧਰ ਮੋਬਾਈਲ 'ਤੇ ਨੈੱਟ ਲਿਸਟ ਆ ਗਈ, ਵਟਸਐਪ। ਕਿਆ ਕਰਨਾ, ਇਹ ਅਣਭੋਲ ਮਾਰੇ ਗਏ। ਕੋਈ ਸਾਹਮਣੇ ਲੜਾਈ ਹੋਵੇ ਨਾ, ਉਹਦੇ 'ਚ ਪਤਾ ਹੋਵੇ ਹਾਂ ਵੀ ਯਾਰ ਕੋਈ ਵੀ ਚੀਜ਼, ਪਰ ਅਸੀਂ ਇੰਨਾ ਇਹ ਸਮਝਦਾ ਵੀ ਦੇਸ਼ ਵਾਸਤੇ ਸ਼ਹੀਦ ਹੋਇਆ, ਇਹਦਾ ਸ਼ਹੀਦਾਂ 'ਚ ਨਾਂ ਗਿਣਿਆ ਗਿਆ। ਸਮਾਂ ਵੱਡੇ ਵੱਡੇ ਜ਼ਖਮਾਂ 'ਤੇ ਮਲਹਮ ਲਗਾ ਦਿੰਦਾ, ਵੱਡੀ ਦਵਾਈ ਹੈ ਇੱਕ ਸਮਾਂ, ਪਰ ਇਸ ਵਿਹੜੇ 'ਚੋਂ ਇੱਕ ਆਵਾਜ਼ ਉੱਠ ਰਹੀ ਹੈ ਬਦਲੇ ਦੀ। ਦੁੱਖ ਘੱਟ ਹੈ, ਗੁੱਸਾ ਜ਼ਿਆਦਾ ਹੈ, ਖੁੰਦਕ ਜ਼ਿਆਦਾ ਹੈ, ਕਿਉਂਕਿ ਉਹ ਨਿਹੱਥੇ ਬੈਠੇ ਮਾਰੇ ਗਏ, ਕਿਉਂਕਿ ਉਹਨਾਂ ਨੂੰ ਪਲਟ ਕੇ ਵਾਰ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ।